ਇਹ ਘਟਨਾ ਤਲਵੰਡੀ ਭਾਈ ਦੇ ਲਾਗਲੇ ਪਿੰਡ ਦੇ ਰਹਿਣ ਵਾਲੇ ਬਲਦੇਵ ਸਿਉਂ ਦੀ ਹੈ। ਇੱਕ ਮੀਡੀਅਮ ਦਰਜੇ ਦਾ ਕਿਸਾਨ ਸੀ ਜਿਹੜਾ ਜ਼ਿਆਦਾ ਪੜ੍ਹਿਆ ਲਿਖਿਆ ਨਹੀਂ ਸੀ ਪਰ ਸਿਆਣਾ ਸੀ। ਦੋ ਬੱਚੇ ਸਨ, ਇੱਕ ਕੁੜੀ ਅਤੇ ਇੱਕ ਮੁੰਡਾ। 10 ਕਿੱਲੇ ਪੈਲੀ ਦੇ ਨਾਲ ਨਾਲ ਸੋਹਣਾ ਗੁਜ਼ਾਰਾ ਕਰ ਰਿਹਾ ਸੀ, ਲੋੜਾਂ ਪੂਰੀਆਂ ਕਰ ਰਿਹਾ ਸੀ। ਉਸਦੀ ਆਮਦਨ ਦਾ ਇੱਕੋ ਇੱਕ ਜ਼ਰੀਆ ਸੀ ਖੇਤੀਬਾੜੀ, ਸਾਰਾ ਕੁਝ ਉਸੇ 'ਤੇ ਡਿਪੈਂਡ ਸੀ। ਪਿਛਲੇ ਕਈ ਸਾਲਾਂ ਤੋਂ ਫਸਲ ਚੰਗੀ ਹੋ ਰਹੀ ਸੀ ਪਰ ਬੱਚੇ ਵੱਡੇ ਹੋ ਰਹੇ ਸਨ ਜਿਸ ਕਰਕੇ ਖਰਚੇ ਵੀ ਵੱਧ ਰਹੇ ਸਨ। ਅਜਿਹੇ ਦੇ ਵਿੱਚ ਰੱਬ ਦੀ ਐਸੀ ਮਾਰ ਪਈ ਕਿ ਉਸਦੀ ਸਾਰੀ ਦੀ ਸਾਰੀ ਫਸਲ ਬਰਬਾਦ ਹੋ ਗਈ। ਅਸਲ ਦੇ ਵਿੱਚ ਕਿਸੇ ਨੇ ਜਾਣ ਬੁੱਝ ਕੇ ਪੱਕੀ ਹੋਈ ਫਸਲ ਨੂੰ ਅੱਗ ਲਗਾ ਦਿੱਤੀ ਸੀ। ਇਸ ਨੁਕਸਾਨ ਦਾ ਉਸਦੇ ਦਿਮਾਗ 'ਤੇ ਇੰਨਾ ਜ਼ਿਆਦਾ ਅਸਰ ਪਿਆ ਕਿ ਸੁੱਧ ਬੁੱਧ ਗਵਾ ਬੈਠਾ। ਘਰ ਦੇ ਉਸਦੇ ਇਸ ਰਵੱਈਏ ਤੋਂ ਪਰੇਸ਼ਾਨ ਰਹਿਣ ਲੱਗੇ ਸੀ। ਪਿੰਡ ਦੇ ਡਾਕਟਰ ਨੇ ਥੋੜ੍ਹੀ ਬਹੁਤੀ ਨੀਂਦ ਦੀਆਂ ਗੋਲੀਆਂ ਦਿੱਤੀਆਂ। ਉਸਦੇ ਨਾਲ ਉਸਦਾ ਦਿਮਾਗ ਹੋਰ ਚੱਕਿਆ ਗਿਆ ਅਤੇ ਪਾਗਲਾਂ ਵਾਲੀਆਂ ਹਰਕਤਾਂ ਕਰਨ ਲੱਗ ਗਿਆ। ਕਈ ਦਿਨਾਂ ਤੋਂ ਸੁੱਤਾ ਨਾ ਹੋਣ ਕਰਕੇ ਅਤੇ ਡਾਕਟਰਾਂ ਦੀਆਂ ਦਿੱਤੀਆਂ ਦਵਾਈਆਂ ਕਰਕੇ ਰਾਤ ਨੂੰ ਤਕਰੀਬਨ 11 ਵਜੇ ਉਸਦੀ ਅੱਖ ਲੱਗ ਗਈ ਸੀ। ਉਸਨੂੰ ਇੱਕ ਸੁਪਨਾ ਆਇਆ ਕਿ ਉਸਦੀ ਫਸਲ ਨੂੰ ਕੋਈ ਅੱਗ ਲਗਾ ਰਿਹਾ ਹੈ। ਉਸਦੀ ਇੱਕਦਮ ਅੱਖ ਖੁੱਲ੍ਹ ਗਈ ਅਤੇ ਤਰੇਲੀ ਤਰੇਲੀ ਹੋ ਗਿਆ। ਉਹ ਉੱਠਿਆ ਅਤੇ ਬਿਨਾਂ ਕਿਸੇ ਨੂੰ ਦੱਸੇ ਆਪਣੇ ਖੇਤ ਵੱਲ ਚੱਲ ਗਿਆ ਤਾਂ ਆਪਣੀ ਫਸਲ ਨੂੰ ਬਚਾ ਸਕੇ। ਘਰਦਿਆਂ ਨੂੰ ਬਿਲਕੁਲ ਵੀ ਪਤਾ ਨਾ ਲੱਗਿਆ ਕਿ ਉਹ ਕਦੋਂ ਅਤੇ ਕਿੱਥੇ ਚਲਾ ਗਿਆ। ਰਾਤ ਦੇ ਹਨੇਰੇ ਵਿੱਚ ਉਹ ਦਿਮਾਗ ਅਪਸੈੱਟ ਹੋਣ ਕਰਕੇ ਉਸਨੂੰ ਪਤਾ ਹੀ ਨਹੀਂ ਚੱਲਿਆ ਉਹ ਕਿੱਧਰ ਚਲਾ ਗਿਆ। ਅਗਲੇ ਦਿਨ ਸਵੇਰੇ ਜਦੋਂ ਪਰਿਵਾਰ ਉੱਠਿਆ ਤਾਂ ਬਲਦੇਵ ਸਿੰਘ ਮੰਜੀ ਖਾਲੀ ਪਈ ਸੀ। ਬਲਦੇਵ ਸਿੰਘ ਦੀ ਮੰਜੀ ਖਾਲੀ ਪਈ ਸੀ ਅਤੇ ਕਿੱਧਰ ਗਿਆ ਸਾਰੇ ਦੇਖ ਕੇ ਘਬਰਾ ਗਏ। ਸਾਰਿਆਂ ਨੇ ਬਹੁਤ ਲੱਭਿਆ ਪਰ ਉਹ ਨਾ ਮਿਲਿਆ। ਜਦੋਂ ਕੁਝ ਨਾ ਪਤਾ ਲੱਗਿਆ ਤਾਂ ਥਾਣੇ ਵਿੱਚ ਤਲਾਕ ਕਰ ਦਿੱਤੀ ਗਈ। ਬਲਦੇਵ ਸਿੰਘ ਦੀ ਪਤਨੀ ਅਤੇ ਦੋਵੇਂ ਬੱਚੇ ਉੱਡਾ ਉਡੀਕ ਕੇ ਰੋ ਰੋ ਕੇ ਬੁਰਾ ਹਾਲ ਹੋ ਗਿਆ। ਬਲਦੇਵ ਸਿੰਘ ਦੀ ਉਡੀਕ ਕਰਦਿਆਂ ਕਰਦਿਆਂ ਹਫ਼ਤਾ ਲੱਗਿਆ, ਕਦੋਂ ਮਹੀਨਾ ਲੰਘ ਗਿਆ ਕਦੋਂ ਉਸਤਾ ਲੰਘ ਗਏ ਕਿਸੇ ਨੂੰ ਪਤਾ ਨਾ ਲੱਗਿਆ। ਹੌਲੀ ਹੌਲੀ 10 ਸਾਲ ਬੀਤ ਗਏ। ਇਹਦੇ ਪਰਿਵਾਰ ਉਸਦੇ ਕਿਵੇਂ ਲੰਘਾਏ ਇਹ ਤਾਂ ਪਰਿਵਾਰ ਹੀ ਜਾਣਦਾ ਹੋਵੇਗਾ। ਬਲਦੇਵ ਸਿੰਘ ਦੀ ਬੇਟੀ ਰਮਨ ਪ੍ਰੀਤ ਹੁਣ ਵਿਆਹੁਣ ਜੋਗੀ ਹੋ ਚੁੱਕੀ ਸੀ। ਉਸਦੀ ਮਾਂ ਅਤੇ ਭਰਾ ਨੇ ਚੰਗੀ ਦੇਖ ਦੇਖ ਦਾ ਉਸਦਾ ਵਧੀਆ ਮੁੰਡੇ ਨਾਲ ਰਿਸ਼ਤਾ ਪੱਕਾ ਕਰ ਲਿਆ। ਹੁਣ ਇੱਕ ਧੀ ਨੂੰ ਅਜਿਹੇ ਸਮੇਂ ਵਿੱਚ ਬਾਪ ਦੀ ਕਮੀ ਸਭ ਤੋਂ ਜ਼ਿਆਦਾ ਮਹਿਸੂਸ ਹੁੰਦੀ ਹੈ। ਵਿਆਹ ਨਾਲ ਸੰਬੰਧਿਤ ਕੋਈ ਵੀ ਗੱਲ ਹੋਣੀ ਤਾਂ ਸਭ ਨੂੰ ਬਲਦੇਵ ਸਿੰਘ ਦੀ ਕਮੀ ਬਹੁਤ ਮਹਿਸੂਸ ਹੋਣੀ। ਭਾਵੇਂ ਉਸਦੇ ਚਾਚੇ ਤਾਏ ਰਸਮਾਂ ਨਿਭਾ ਰਹੇ ਸੀ ਪਰ ਪਿਓ ਤਾਂ ਪਿਓ ਹੁੰਦਾ ਹੈ। ਇਸ ਲਈ ਅਜੇ ਵੀ ਇੱਕ ਆਸ ਪਰਿਵਾਰ ਦੇ ਮਨ ਵਿੱਚ ਸੀ ਕਿਤੇ ਬਲਦੇਵ ਸਿੰਘ ਵਾਪਸ ਮੁੜ ਆਵੇ। ਉੱਧਰ ਵਿਆਹ ਦੀਆਂ ਤਿਆਰਾਂ ਨਾਲੋਂ ਨਾਲ ਚੱਲ ਰਹੀਆਂ ਸੀ। ਆਖਿਰਕਾਰ ਵਿਆਹ ਵਾਲਾ ਦਿਨ ਆ ਗਿਆ। ਅੱਜ ਤਾਂ ਰਮਨ ਨੂੰ ਆਪਣੇ ਪਾਪਾ ਦੀ ਕੁੜੀ ਨੂੰ ਯਾਨੀ ਕਿ ਕੁੜੀ ਨੂੰ ਆਪਣੇ ਪਾਪਾ ਦੀ ਬਹੁਤ ਯਾਦ ਆ ਰਹੀ ਸੀ ਕਿਉਂਕਿ ਧੀ ਨੂੰ ਜੋ ਰਸਮਾਂ ਆਪਣੇ ਪਿਤਾ ਤੋਂ ਕਰਵਾ ਕੇ ਖੁਸ਼ੀ ਮਿਲਦੀ ਹੈ ਉਹ ਕੋਈ ਹੋਰ ਕਰ ਰਿਹਾ ਸੀ। ਸਾਰੀਆਂ ਰਸਮਾਂ ਹੋਣ ਦੇ ਬਾਅਦ ਲਾਵਾਂ ਦੇ ਲਈ ਸਭ ਗੁਰਦੁਆਰਾ ਸਾਹਿਬ ਪਹੁੰਚ ਕੇ ਲਾੜਾ ਲਾੜੀ ਅਤੇ ਗੁਰੂ ਸਾਹਿਬ ਨੂੰ ਹਜ਼ੂਰੀ ਵਿੱਚ ਸਨਮੁੱਖ ਬਿਠਾਇਆ ਗਿਆ। ਜਦੋਂ ਪਾਠੀ ਸਿੰਘ ਨੇ ਪੱਲਾ ਫੜਾਓ ਤਾਂ ਉਸਦਾ ਭਰਾ ਹਰਪ੍ਰੀਤ ਸਿੰਘ ਆਪਣੀ ਜਗ੍ਹਾ ਤੋਂ ਉੱਠਿਆ। ਕਿਸੇ ਨੇ ਪਿੱਛੋਂ ਉਸਦੇ ਮੋਢੇ 'ਤੇ ਹੱਥ ਰੱਖ ਦਿੱਤਾ ਅਤੇ ਨੀਚੇ ਬੈਠਣ ਲਈ ਕਿਹਾ। ਜਦੋਂ ਹਰਪ੍ਰੀਤ ਨੇ ਪਿੱਛੇ ਦੇਖਿਆ ਤਾਂ ਕਿਸੇ ਨੇ ਉਸਨੂੰ ਉੱਠਣ ਤੋਂ ਰੋਕਿਆ ਤਾਂ ਉਹ ਦੇਖ ਕੇ ਦੰਗ ਰਹਿ ਗਿਆ। ਉਸਦੀਆਂ ਅੱਖਾਂ ਖੁੱਲ੍ਹੀਆਂ ਰਹਿ ਗਈਆਂ, ਦਿਲ ਦੀ ਧੜਕਣ ਤੇਜ਼ ਹੋ ਗਈ ਕਿਉਂਕਿ ਬਲਦੇਵ ਸਿੰਘ ਉਸਦੇ ਪਿੱਛੇ ਖੜ੍ਹਾ ਸੀ। ਆਪਣੇ ਪਿਤਾ ਨੂੰ ਦੇਖ ਕੇ ਉਹ ਘੁੱਟ ਕੇ ਜੱਫੀ ਪਾ ਕੇ ਰੋਣ ਲੱਗਾ। ਉਸਦੇ ਰੋਣ ਦੀ ਆਵਾਜ਼ ਸੁਣ ਕੇ ਰਮਨਪ੍ਰੀਤ ਵੀ ਪਿੱਛੇ ਦੇਖਣ ਲੱਗੀ। ਉਸਨੇ ਆਪਣੇ ਪਿਤਾ ਨੂੰ ਦੇਖਿਆ ਤਾਂ ਉਸਦੀ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ। ਉਸਦੀਆਂ ਅੱਖਾਂ ਵਿੱਚ ਹੰਝੂ ਵਹਿ ਤੁਰੇ। ਉਹ ਵੀ ਗੁਰੂ ਦੀ ਹਜ਼ੂਰੀ ਵਿੱਚ ਉੱਠ ਕੇ ਬਲਦੇਵ ਸਿੰਘ ਵੱਲ ਆਉਣ ਹੀ ਲੱਗੀ ਸੀ ਤਾਂ ਬਲਦੇਵ ਸਿੰਘ ਨੇ ਇੱਕਦਮ ਅੱਗੇ ਜਾ ਕੇ ਕਿਹਾ ਕਿ ਅਜਿਹਾ ਨਾ ਕਰੇ, ਗੁਰੂ ਦਾ ਨਿਰਾਦਰ ਨਹੀਂ ਕਰਨਾ। ਸਭ ਤੋਂ ਵੱਡਾ ਸਤਿਗੁਰ ਨਾਨਕ, ਪਹਿਲਾਂ ਗੁਰੂ ਦੀ ਮਰਿਆਦਾ ਦੇ ਅਨੁਸਾਰ ਵਿਆਹ ਕਾਰਜ ਸੰਪੂਰਨ ਕਰੋ।
ਬਲਦੇਵ ਸਿੰਘ ਨੇ ਸਭ ਤੋਂ ਪਹਿਲਾਂ ਪੱਲਾ ਫੜਾਉਣ ਦੀ ਰਸਮ ਕੀਤੀ ਅਤੇ ਕੰਨਿਆਦਾਨ ਕੀਤਾ। ਲਾਵਾਂ ਸੰਪੂਰਨ ਹੋਈਆਂ। ਇਸ ਤੋਂ ਬਾਅਦ ਰਮਨਪ੍ਰੀਤ ਉਸਦੀ ਮਾਂ ਬਲਦੇਵ ਸਿੰਘ ਦੇ ਗਲ ਲੱਗ ਕੇ ਬਹੁਤ ਰੋਏ। ਰਿਸ਼ਤੇਦਾਰ ਸਾਕ ਸੰਬੰਧੀ ਬਲਦੇਵ ਸਿੰਘ ਨੂੰ ਪੁੱਛਣ ਲੱਗੇ, ਤੂੰ ਕਿੱਥੇ ਚਲਾ ਗਿਆ ਸੀ, ਇੰਨੇ ਸਾਲ ਤੂੰ ਕਿੱਥੇ ਰਿਹਾ, ਕੀ ਹਾਲਤ ਬਣਾ ਰੱਖੀ ਹੈ? ਕਿਉਂਕਿ ਉਸਦੇ ਫਟੇ ਪੁਰਾਣੇ ਕੱਪੜੇ ਪਾਏ ਹੋਏ ਸਨ ਅਤੇ ਦਾੜੀ ਵੀ ਬਹੁਤ ਵੱਡੀ ਵੱਡੀ ਹੋ ਚੁੱਕੀ ਸੀ, ਸਿਰ 'ਤੇ ਵੀ ਮੈਲਾ ਜਿਹਾ ਪਰਨਾ ਸੀ। ਬਲਦੇਵ ਸਿੰਘ ਨੇ ਦੱਸਿਆ ਕਿ ਇਹ ਮੈਨੂੰ ਨਹੀਂ ਪਤਾ ਮੇਰੇ ਨਾਲ ਕੀ ਵਾਪਰਿਆ, ਮੈਂ ਕਿੱਥੇ ਰਿਹਾ। ਮੈਨੂੰ ਤਾਂ ਸਿਰਫ ਇੰਨਾ ਯਾਦ ਹੈ ਕਿ ਉਸ ਰਾਤ ਮੈਂ ਖੇਤਾਂ ਵੱਲ ਜਾ ਰਿਹਾ ਸੀ, ਰਾਤ ਦੇ ਹਨੇਰੇ ਵਿੱਚ ਮੈਂ ਅੜਕ ਕੇ ਡਿੱਗ ਪਿਆ ਅਤੇ ਬੇਹੋਸ਼ ਹੋ ਗਿਆ। ਉਸ ਤੋਂ ਬਾਅਦ ਦਾ ਮੈਨੂੰ ਕੁਝ ਨਹੀਂ ਯਾਦ। ਹੁਣ ਹਫ਼ਤਾ ਕੁ ਪਹਿਲਾਂ ਮੈਨੂੰ ਜਦੋਂ ਅੰਮ੍ਰਿਤਸਰ ਰੇਲਵੇ ਸਟੇਸ਼ਨ 'ਤੇ ਬਾਹਰ ਬੈਠਾ ਸੀ, ਮੈਨੂੰ ਪਤਾ ਨਹੀਂ ਇੱਥੇ ਕਿਵੇਂ ਪਹੁੰਚਿਆ, ਫਿਰ ਘਰ ਆਉਣ ਬਾਰੇ ਸੋਚਿਆ। ਮੈਂ ਘਰ ਜਾਣਾ ਪਤਾ ਨਹੀਂ ਕਿੰਨਾ ਸਮਾਂ ਹੋ ਗਿਆ ਮੈਨੂੰ ਘਰ ਤੋਂ ਨਿਕਲੇ ਹੋਏ। ਫਿਰ ਮੈਂ ਲੋਕਾਂ ਦੀ ਮਦਦ ਮੰਗੀ ਪਰ ਕੋਈ ਵੀ ਰੁਪਈਆ 2 ਰੁਪਈਏ ਤੋਂ ਵੱਧ ਨਹੀਂ ਸੀ ਦੇ ਰਿਹਾ। ਫਿਰ ਮੈਂ ਦਰਬਾਰ ਸਾਹਿਬ ਪਹੁੰਚਿਆ, ਉੱਥੇ ਮੱਥਾ ਟੇਕਿਆ ਅਤੇ ਅਰਦਾਸ ਕੀਤੀ, ਗੁਰੂ ਰਾਮਦਾਸ ਪਾਤਸ਼ਾਹ ਜੀ ਤੁਸੀਂ ਮੈਨੂੰ ਜ਼ਿੰਦਾ ਰੱਖਿਆ ਹੈ, ਇਹ ਤੁਹਾਡੀ ਕਿਰਪਾ ਹੈ, ਹੁਣ ਕਿਰਪਾ ਕਰੋ ਮੈਨੂੰ ਮੇਰੇ ਘਰ ਤੱਕ ਪਹੁੰਚਾ ਦਿਓ। ਅਰਦਾਸ ਕਰਕੇ ਫਿਰ ਮੈਂ ਲੰਗਰ ਛਕਿਆ, ਕਿਉਂਕਿ ਪਤਾ ਨਹੀਂ ਕਿੰਨੇ ਸਮੇਂ ਤੋਂ ਪੇਟ ਭਰ ਕੇ ਖਾਣਾ ਨਹੀਂ ਸੀ ਖਾਧਾ। ਲੰਗਰ ਹਾਲ ਦੇ ਵਿੱਚ ਜਾ ਕੇ ਲੰਗਰ ਛਕਣਾ ਸ਼ੁਰੂ ਕਰ ਦਿੱਤਾ। ਲੰਗਰ ਛਕਣ ਵੇਲੇ ਮੇਰੇ ਨਾਲ ਸੱਜੇ ਪਾਸੇ ਇੱਕ ਗੁਰਸਿੱਖ ਬੰਦਾ ਬੈਠਾ ਸੀ। ਮੈਂ ਉਸਨੂੰ ਕਿਹਾ ਮੈਨੂੰ ਮੇਰੇ ਘਰ ਜਾਣਾ, ਇਸ ਲਈ ਮੈਨੂੰ ਪੈਸੇ ਚਾਹੀਦੇ ਹਨ, ਮੇਰੀ ਮਦਦ ਕਰੋ। ਮੈਂ ਉਸਨੂੰ ਕਿਹਾ ਕਿ ਮੈਂ ਇੱਕ ਜ਼ਿੰਮੇਵਾਰ ਬੰਦਾ ਹਾਂ, ਘਰ ਜਾ ਕੇ ਤੁਹਾਡੇ ਸਾਰੇ ਪੈਸੇ ਮੋੜ ਦੇਵਾਂਗਾ। ਫਿਰ ਉਸਨੇ ਮੈਨੂੰ ਸਿਰ ਤੋਂ ਪੈਰਾਂ ਤੱਕ ਤੇਕਿਆ, ਫਿਰ ਪਤਾ ਨਹੀਂ ਕੀ ਸੋਚ ਕੇ ਉਸਨੇ ਮੈਨੂੰ 200 ਰੁਪਏ ਦੇ ਦਿੱਤੇ। ਮੈਂ ਆਪਣੇ ਬੈਗ ਵਿੱਚੋਂ 1-2 ਮੀਟਰ ਦਾ ਪਰਨਾ ਕੱਢ ਕੇ ਦਿੱਤਾ ਜੋ ਮੇਰੇ ਸਿਰ 'ਤੇ ਹੁਣ ਵੀ ਬੰਨਿਆ ਹੋਇਆ ਹੈ। ਉਸ ਤੋਂ ਅਗਲੇ ਦਿਨ ਜਦੋਂ ਆਪਣੇ ਪਿੰਡ ਪਹੁੰਚਿਆ, ਅਜੇ ਘਰ ਪਹੁੰਚਿਆ ਹੀ ਸੀ ਕਿ ਮੈਨੂੰ ਪਤਾ ਲੱਗਿਆ ਕਿ ਅੱਜ ਮੇਰੀ ਧੀ ਦਾ ਵਿਆਹ ਹੈ। ਮੈਂ ਘਰ ਨਹੀਂ ਰੁਕਿਆ, ਫਟਾਫਟ ਗੁਰਦੁਆਰਾ ਸਾਹਿਬ ਚੱਲ ਪਿਆ। ਗੁਰੂ ਮਹਾਰਾਜ ਨੇ ਮੇਰੀ ਲਾਜ ਰੱਖੀ, ਮੇਰੀ ਧੀ ਦਾ ਕੰਨਿਆਦਾਨ ਕਰਨ ਦਾ ਸੁਭਾਗ ਮੈਨੂੰ ਮਿਲਿਆ। ਗੁਰੂ ਰਾਮਦਾਸ ਜੀ ਨੇ ਮੇਰੀ ਅਰਦਾਸ ਸੁਣ ਲਈ। ਇਹ ਸੁਣ ਕੇ ਰਮਨਪ੍ਰੀਤ ਵੀ ਰੋਣ ਲੱਗ ਪਈ। ਤੁਹਾਡਾ ਇਸ ਪੂਰੀ ਘਟਨਾ ਬਾਰੇ ਕੀ ਕਹਿਣਾ ਹੈ, ਤੁਸੀਂ ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦਿਓ। ਇਸ ਤਰ੍ਹਾਂ ਦੀਆਂ ਹੋਰ ਘਟਨਾਵਾਂ ਦੀਆਂ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਅਤੇ ਨਾਲ ਹੀ ਬੈੱਲ ਆਈਕਨ ਨੂੰ ਜ਼ਰੂਰ ਪ੍ਰੈਸ ਕਰ ਲਿਓ। ਧੰਨਵਾਦ।